ਗ੍ਰਾਫ 9 ਚੈਪਟਰ ਆਪਾਂ 9 ਕਰ ਰਹੇ ਹਾਂ ਨਾਮ ਕੀ ਆ ਸਮਾਂਤਰ ਜਦੋਂ ਕੋ ਜਾ ਤੇ ਤ੍ਰੈ ਕੋ ਜਾਂਦਾ ਖੇਤਰਫਲ ਜਿਹਦੇ ਚ ਆਪਾਂ ਦੋ ਪੁਆਇੰਟ ਲਿਖੇ ਆ ਪੁਆਇੰਟ A ਐਂਡ ਪੁਆਇੰਟ B ਦੋਵਾਂ ਦਾ ਮੀਨਿੰਗ ਕੀ ਆ ਪੁਆਇੰਟ A ਤੇ B ਦਾ ਇੱਕ ਹੀ ਆਧਾਰ ਅਤੇ ਸਮਾਂਤਰ ਰੇਖਾਵਾਂ ਵਿੱਚ ਬਣੇ ਤ੍ਰੈ ਕੋ ਜਾਂਦਾ ਖੇਤਰਫਲ ਸੋਰੀ ਬਣੇ ਚਤੁਰਭੁਜਾਂ ਦੂਸਰੀ ਕਿਹੜੀ ਬਣ ਰਹੀ ਹੈ ਆਪਣੇ ਕੋਲ ਏ ਬੀ ਕਿਉ ਪੀ ਹੁਣ ਦੇਖੋ ਇਹਨੂੰ ਮੈਂ ਇਹ ਲਿਖਿਆ ਦੂਸਰੀ ਨੂੰ ਮੈਂ ਕੀ ਲਿਖਿਆ ਖੇਤਰਫਲ ਚਤੁਰਭੁਜ ਦੂਸਰੀ ਹੈਗੀ ਆਪਣੇ ਕੋਲ ਚਤੁਰਭੁਜ ਏ ਬੀ ਕਿਉ ਪੀ ਹੁਣ ਇਹਦੇ ਵਿੱਚ ਦੇਖੋ ਏ ਵੀ ਇੱਧਰ ਵੀ ਆ ਰਹੀ ਹੈ ਤੇ ਏ ਵੀ ਇੱਧਰ ਵੀ ਆ ਰਹੀ ਹੈ ਇਹਦਾ ਮਤਲਬ ਏ ਕੀ ਹੋ ਗਿਆ ਆਧਾਰ ਇੱਕ ਹੀ ਆਧਾਰ ਹੋ ਗਿਆ ਜਿਸ ਤਰ੍ਹਾਂ ਇਹ ਉਸ ਤਰ੍ਹਾਂ ਹੋਗੀ ਪਰ ਸਮਾਂਤਰ ਪਈ ਆ ਹੁਣ ਸਮਾਂਤਰ ਰੇਖਾਵਾਂ ਹੀ ਇੱਕ ਹੋ ਗਈਆਂ ਤੇ ਆਪਣੇ ਕੋਲ ਆਧਾਰ ਵੀ ਇੱਕ ਹੋ ਗਿਆ ਜਦੋਂ ਵੀ ਇਸ ਤਰ੍ਹਾਂ ਦੋ ਚਤੁਰਭੁਜ ਬਣ ਰਹੇ ਨੇ ਸਮਾਂਤਰ ਚਤੁਰਭੁਜ ਤਾਂ ਉਹਨਾਂ ਦੇ ਜਿਹੜੇ ਖੇਤਰਫਲ ਉਹ ਕੀ ਹੁੰਦੇ ਆ ਚਤੁਰਭੁਜ ਦਾ ਆਪਾਂ ਚਤੁਰਭੁਜ ਬਣਾਈਏ ਸਮਾਂਤਰ ਚਤੁਰਭੁਜ ਪੀ ਕਿਊ ਆਰ ਐਸ ਹੁਣ ਉਹਦੇ ਵਿੱਚ ਇੱਕ ਮੈਂ ਉਹਦਾ ਵਿਕਰਣ ਬਣਾ ਲਿਆ ਪੀ ਨੂੰ ਆਪਾਂ ਆਰ ਨਾਲ ਜੁਆਇਨ ਕਰ ਲਿਆ ਜਦੋਂ ਜੁਆਇਨ ਕੀਤਾ ਤਾਂ ਇੱਕ ਤ੍ਰੈਭੁਜ ਆਪਣੇ ਕੋਲ ਤ੍ਰੈਭੁਜ 1 ਇਹ ਹੋ ਗਈ ਤ੍ਰੈਭੁਜ 2 ਕਿਹੜੀ ਹੋ ਗਈ ਇਹ ਹੋ ਗਈ ਹੁਣ ਆਪਾਂ ਲਿਖਿਆ ਕਿ ਇਹ ਤ੍ਰੈਭੁਜ ਦਾ ਖੇਤਰਫਲ ਕਿਹਦੇ ਬਰਾਬਰ ਹੁੰਦਾ ਚਤੁਰਭੁਜ ਦਾ ਅੱਧਾ ਜਦੋਂ ਕਿਸੇ ਚੀਜ਼ ਦਾ ਅੱਧਾ ਕੱਢਣਾ ਹੋਵੇ ਆਪਾਂ ਉਹਨੂੰ ਦੋਨਾਂ ਭਾਗ ਕਰ ਦਿੰਦੇ ਆ ਠੀਕ ਹੈ ਇਹਦਾ ਮਤਲਬ ਆਪਣੇ ਕੋਲ ਕੀ ਆ ਗਿਆ ਤ੍ਰੈਭੁਜ ਪੀ ਕਿਊ ਆਰ ਖੇਤਰਫਲ ਤ੍ਰੈਭੁਜ ਪੀ ਕਿਊ ਆਰ ਬਰਾਬਰ ਕੀ ਹੋਊਗਾ ਖੇਤਰਫਲ ਚਤੁਰਭੁਜ ਪੀ ਕਿਊ ਆਰ ਐਸ ਇਹਦਾ ਅੱਧਾ ਡਿਵਾਈਡ ਬਾਈ 2 ਇਹਦਾ ਅੱਧ ਹੋ ਗਿਆ ਨਾ ਜਦੋਂ ਦੋ ਨਾਲ ਡਿਵਾਈਡ ਕਰਾਂਗੇ ਭਾਗ ਕਰਾਂਗੇ ਤਾਂ ਆਪਣੇ ਕੋਲ ਹਾਫ ਆ ਜਾਣਾ ਉਹਦਾ ਅੱਧ ਆ ਜਾਣਾ ਸੋ ਇਹਦਾ ਖੇਤਰਫਲ ਕਿਹਦੇ ਬਰਾਬਰ ਹੋਊਗਾ ਇਹਦੇ ਅੱਧੇ ਦੇ ਕਿਉਂ ਬਰਾਬਰ ਹੋਊਗਾ ਕਿਉਂਕਿ ਦੇਖੋ ਪੀ ਕਿਊ ਜੇ ਆਪਾਂ ਆ ਵਾਲੀ ਪੀ ਕਿਊ ਆਉਂਦਾ ਇੱਧਰ ਇੱਧਰ ਵੀ ਪੀ ਕਿਊ ਆ ਰਿਹਾ ਆਧਾਰ ਇੱਕ ਹੀ ਬਣ ਰਿਹਾ ਆਪਣੇ ਕੋਲ ਤੇ ਸਮਾਂਤਰ ਰੇਖਾਵਾਂ ਕਿਹੜੀਆਂ ਨੇ ਇੱਕ ਸਮਾਂਤਰ ਰੇਖਾ ਇੱਧਰ ਆ ਇੱਕ ਇੱਧਰ ਦੋਵਾਂ ਦੇ ਵਿਚਕਾਰ ਆ ਗਏ ਨਾ ਜਦੋਂ ਤ੍ਰੈਭੁਜ ਜਾਂ ਇੱਦਾਂ ਲਾ ਲਓ ਇੱਦਾਂ ਵੀ ਵਿੱਚ ਆਉਂਦੀ ਵੀ ਸਮਾਂਤਰ ਰੇਖਾਵਾਂ ਵੀ ਉਹੀ ਆ ਗਈਆਂ ਤੇ ਉਹਦਾ ਆਧਾਰ ਵੀ ਉਹੀ ਆ ਗਿਆ ਕਲੀਅਰ ਇਸ ਕਰਕੇ ਇੱਕ ਮਿੰਟ ਯਾਦ ਰੱਖਣੀ ਆ ਸੂਰਮ ਆਪਾਂ ਕਿ ਤ੍ਰੈਭੁਜ ਦਾ ਖੇਤਰਫਲ ਕਿਹਦੇ ਬਰਾਬਰ ਹੁੰਦਾ ਚਤੁਰਭੁਜ ਦਾ ਅੱਧਾ ਹੁੰਦਾ ਆ ਇੱਕ ਤ੍ਰੈਭੁਜ ਇਹ ਬਣ ਗਈ ਦੂਸਰੀ ਤ੍ਰੈਭੁਜ ਕਿਹੜੀ ਬਣਦੀ ਹੈ ਦੂਸਰੀ ਕਿਹੜੀ ਬਣ ਰਹੀ ਆ ਪੀ ਐਸ ਪੀ ਆਰ ਐਸ ਜਾਂ ਪੀ ਐਸ ਆਰ ਕਿਸੇ ਤਰ੍ਹਾਂ ਵੀ ਇਹ ਵੀ ਬਰਾਬਰ ਹੋਊਗੀ ਖੇਤਰਫਲ ਚਤੁਰਭੁਜ ਪੀ ਕਿਊ ਆਰ ਐਸ ਭਾਗ 2 ਦੋਵੇਂ ਇਹੀ ਹੋਣਗੇ ਠੀਕ ਹੈ ਕਲੀਅਰ ਦੈਨ ਆਪਣੇ ਕੋਲ ਐਕਸਰਸਾਈਜ਼ ਆਉਂਦੀ ਆ ਸਟਾਰਟ 9.2 ਦੈਨ ਨੈਕਸਟ ਵੀ ਆਪਾਂ ਇਹ ਦੋ ਚੀਜ਼ਾਂ ਡਿਸਕਸ ਕਰ ਲਈਆਂ ਨੇ ਇਸ ਤੋਂ ਬਾਅਦ ਇੱਕ ਆਉਂਦੀ ਆਪਾਂ ਹੋਰ ਚੀਜ਼ ਸਿੱਖ ਲਈਏ ਤ੍ਰੈਭੁਜ ਦਾ ਖੇਤਰਫਲ ਤ੍ਰੈਭੁਜ ਦਾ ਖੇਤਰਫਲ ਕੀ ਹੁੰਦਾ 1/2 ਗੁਣਾ ਆਧਾਰ ਗੁਣਾ ਲੰਬ ਹੁਣ ਇਹ ਕੀ ਆਪਣੇ ਕੋਲ ਸਮਾਂਤਰ ਚਤੁਰਭੁਜ ਹੈ ਨਾ ਪੀ ਕਿਊ ਆਰ ਐਸ ਇਹਦੇ 'ਚ ਆਪਾਂ ਇੱਕ ਤ੍ਰੈਭੁਜ ਬਣ ਗਏ ਸਾਡੇ ਤ੍ਰੈਭੁਜ ਵਿੱਚ ਕੀ ਇਹਦੇ 'ਚ ਇੱਕ ਚੀਜ਼ ਹੁੰਦੀ ਹੈ ਲੰਬ ਆਪਣੇ ਜਦੋਂ ਇੱਥੇ ਲੰਬ ਕੋਈ ਲੰਬ ਦਾ ਮਤਲਬ ਕਿ ਜਦੋਂ ਵੀ ਕੋਈ ਆਹ ਤ੍ਰੈਭੁਜ ਆਪਣੇ ਕੋਲ ਆਹ ਕੀ ਬਣ ਗਿਆ ਤਾਂ ਲੰਬ ਬਣ ਗਿਆ ਠੀਕ ਹੈ ਜਦੋਂ 90 ਡਿਗਰੀ ਦਾ ਕੋਣ ਬਣ ਜਾਂਦਾ ਆਪਣੇ ਕੋਲ ਲੰਬ ਬਣ ਜਾਂਦਾ ਇਹਦਾ ਖੇਤਰਫਲ ਕੀ ਹੋਊਗਾ 1/2 ਗੁਣਾ ਆਧਾਰ ਗੁਣਾ ਲੰਬ ਇਹਦਾ ਮਤਲਬ ਇਹਦੇ 'ਚ ਕਿੰਨੇ ਤ੍ਰੈਭੁਜ ਹੁੰਦੇ ਆਪਣੇ ਕੋਲ ਦੋ ਤ੍ਰੈਭੁਜ ਹੁੰਦੇ ਨਾ ਆਪਣੇ ਕੋਲ ਆਹ ਸਮਾਂਤਰ ਚਤੁਰਭੁਜ ਇੱਥੋਂ ਆਪਾਂ ਲਾਈਨ ਇੱਥੇ ਬਣਾ ਦਿੱਤੀ ਤਾਂ ਬਣ ਗਈ ਲਾਈਨ ਹੁਣ ਇਹ ਕੀ ਬਣ ਗਿਆ ਆਪਣੇ ਕੋਲ ਲੰਬ ਆ ਗਿਆ ਹੁਣ ਇਹ ਵਾਲੀ ਤ੍ਰੈਭੁਜ ਜਿਹੜਾ ਨਾ ਖੇਤਰਫਲ ਕਿੰਨਾ ਹੁੰਦਾ 1/2 ਗੁਣਾ ਆਧਾਰ ਗੁਣਾ ਲੰਬ ਤੇ ਆਪਣੇ ਕੋਲ ਬਣੇ ਕਿੰਨੀਆਂ ਦੋ ਇੱਕ ਆਪਾਂ ਹੋਰ ਤ੍ਰੈਭੁਜ ਬਣਾਉਂਦੇ ਹਾਂ ਇੱਧਰੋਂ
ਉਹਦਾ ਨਾਮ ਪੇਤੇ ਬਣਾ ਦੋ। ਦੋ ਤ੍ਰੈਭੁਜ ਪੜ ਗਏ, ਹੁਣ ਕੀ ਹੁੰਦਾ ਜਿਹੜੇ ਦੋ ਤ੍ਰੈਭੁਜ ਪੜਦੇ ਇੱਕ ਤਾਂ ਹੁੰਦਾ ਇੱਕ ਵਟਾ ਦੋ ਗੁਣਾ ਆਧਾਰ ਗੁਣਾ ਲੰਬ ਸਮਾਂਤਰ ਚਤੁਰਭੁਜ ਪੀ ਕਿਊ ਆਰ ਐਸ ਦਾ ਖੇਤਰਫਲ ਉਹ ਕੀ ਹੋਊਗਾ ਆਪਣੇ ਕੋਲ ਜਦੋਂ ਦੋ ਤ੍ਰੈਭੁਜ ਬਣ ਗਏ ਤਾਂ ਦੋ ਤ੍ਰੈਭੁਜ ਦਾ ਖੇਤਰਫਲ ਜੁੜ ਜੂਗਾ ਆਪਣੇ ਕੋਲ ਠੀਕ ਆ। ਇੱਕ ਵਟਾ ਦੋ ਗੁਣਾ ਆਧਾਰ ਨੂੰ ਆਪਾਂ ਲਿਖਦੇ ਪੀ, ਲੰਬ ਨੂੰ ਆਪਾਂ ਲਿਖਦੇ ਹਾਂ ਪੀ, ਇਹ ਹੈਗਾ ਬੀ ਗੁਣਾ ਪੀ ਜਮਾ ਫਿਰ ਇੱਕ ਵਟਾ ਦੋ ਗੁਣਾ ਬੀ ਗੁਣਾ ਪੀ ਇਹ ਆ ਗਿਆ ਆਪਣੇ ਕੋਲ। ਹੁਣ ਕਿੰਨੀ ਵਾਰੀ ਆ ਗਿਆ, ਦੋ ਵਾਰੀ ਆ ਗਿਆ, ਇਹਨੂੰ ਜੋੜਤਾ ਆਪਣੇ ਕੋਲ ਦੋ ਇੱਕ ਵਟਾ ਦੋ ਗੁਣਾ ਬੀ ਗੁਣਾ ਪੀ ਦੋ ਵਾਰੀ ਆ ਗਿਆ, ਆਹ ਸਾਰਾ ਗੁਣਾ ਕੀ ਗਿਆ ਦੋ ਨਾਲ ਦੋ ਕੱਟ ਗਿਆ ਆਪਣੇ ਕੋਲ ਕਿਹਾ ਬੀ ਗੁਣਾ ਪੀ ਮਤਲਬ ਕਿ ਆਧਾਰ ਗੁਣਾ ਲੰਬ ਸਮਾਂਤਰ ਚਤੁਰਭੁਜ ਦਾ ਖੇਤਰਫਲ ਕੀ ਹੋ ਗਿਆ ਆਧਾਰ ਗੁਣਾ ਲੰਬ ਹੋ ਗਿਆ ਆਪਣੇ ਕੋਲ। ਸੋ ਇਸ ਤਰ੍ਹਾਂ ਹੁਣ ਆਪਾਂ ਕੁਐਸਚਨ ਤੇ ਆਈਏ ਰੱਖ ਕੁਐਸਚਨ ਦੇ ਵਿੱਚ ਕੀ ਆਪਣੇ ਕੋਲ ਇੱਕ ਆਪਣੇ ਕੋਲ ਸਮਾਂਤਰ ਚਤੁਰਭੁਜ ਦਿੱਤਾ ਹੈ ਆਪਾਂ ਲਿਖਿਆ ਹੋਇਆ ਕਿ ਦਿੱਤਾ ਹੈ ਆਪਣੇ ਕੋਲ ਏ ਬੀ ਸੀ ਡੀ ਇੱਕ ਸਮਾਂਤਰ ਚਤੁਰਭੁਜ ਹੈ। ਹੁਣ ਉਹਦੇ ਵਿੱਚ ਕੀ ਆ ਏ ਹੀ ਲੰਬ ਹੈ ਡੀ ਸੀ ਤੇ ਹੁਣ ਏ ਹੀ ਸਾਈਡ ਦੇਖੋ ਵਿੱਚ ਆ ਏ ਏ ਹੀ ਲੰਬ ਕਿਤੇ ਆ ਗਈ ਡੀ ਸੀ ਤੇ ਡੀ ਸੀ ਤੇ ਲੰਬ ਹੋਈ ਨਾ ਆਹ ਲੰਬ ਹੁੰਦਾ ਹੈ ਪਹਿਲੇ ਵਾਲਾ ਦੂਸਰਾ ਜਿਹੜਾ ਦਿੱਤਾ ਹੁੰਦਾ ਆਧਾਰ ਹੁੰਦਾ ਆ ਠੀਕ ਹੈ ਆਪਣੇ ਕੋਲ ਲਿਖਿਆ ਏ ਹੀ ਲੰਬ ਡੀ ਸੀ। ਹੁਣ ਇਹ ਹੋ ਗਿਆ ਆਪਣੇ ਕੋਲ ਲੰਬ ਇਹਨੂੰ ਆਪਾਂ ਕਵਾਂਗੇ ਆਧਾਰ ਦੂਜੀ ਚੀਜ਼ ਆਧਾਰ ਹੋ ਗਈ। ਹੁਣ ਆਪਾਂ ਪਤਾ ਕਰਨੀ ਹੈ ਏ ਡੀ ਦੂਸਰਾ ਆਪਣੇ ਕੋਲ ਸੀ ਐਫ ਲੰਬ ਕਿਤੇ ਆ ਏ ਡੀ ਤੇ ਦੂਸਰਾ ਕੀ ਆਪਣੇ ਕੋਲ ਸੀ ਐਫ ਆ ਤੇ ਇਹ ਕੀ ਆਧਾਰ ਆਪਣੇ ਕੋਲ ਕਿਹੜਾ ਆ ਏ ਡੀ ਇਹਦਾ ਮਤਲਬ ਜਦੋਂ ਆਪਾਂ ਖੇਤਰਫਲ ਕੱਢਾਂਗੇ ਆਪਾਂ ਇਹ ਕਰਾਂਗੇ ਇੱਕ ਵਟਾ ਦੋ ਗੁਣਾ ਏ ਈ ਗੁਣਾ ਡੀ ਸੀ ਦੂਸਰਾ ਕਿਹੜਾ ਇੱਕ ਵਟਾ ਦੋ ਗੁਣਾ ਸੀ ਐਫ ਗੁਣਾ ਏ ਡੀ ਇਹ ਆਊਗਾ ਆਪਣੇ ਕੋਲ ਆਪਾਂ ਏ ਡੀ ਫਾਈਂਡ ਕਰਨਾ। ਹੁਣ ਇੱਥੇ ਦੋ ਤ੍ਰੈਭੁਜ ਬਣਦੇ ਆ ਨਾ ਦੋਵਾਂ ਤ੍ਰੈਭੁਜ ਦਾ ਖੇਤਰਫਲ ਕੀ ਹੋਊਗਾ ਬਰਾਬਰ ਹੋਊਗਾ ਆਪਾਂ ਲਿਖਦੇ ਹਾਂ ਇੱਥੇ ਤ੍ਰੈਭੁਜ ਏ ਈ ਡੀ ਖੇਤਰਫਲ ਤ੍ਰੈਭੁਜ ਏ ਈ ਡੀ ਬਰਾਬਰ ਖੇਤਰਫਲ ਤ੍ਰੈਭੁਜ ਸੀ ਡੀ ਐਫ। ਹੁਣ ਇਸ ਤ੍ਰੈਭੁਜ ਦਾ ਖੇਤਰਫਲ ਕੀ ਆਊਗਾ ਇੱਕ ਵਟਾ ਦੋ ਗੁਣਾ ਆਧਾਰ ਕਿਹੜਾ ਇਹਦੇ ਚ ਡੀ ਸੀ ਲੰਬ ਕਿਹੜਾ ਇਹਦੇ ਚ ਏ ਈ ਬਰਾਬਰ ਇਹ ਵੀ ਕਿੰਨਾ ਗਿਆ ਇੱਕ ਵਟਾ ਦੋ ਗੁਣਾ ਇਹਦੇ ਚ ਆਧਾਰ ਕਿੰਨਾ ਆਪਣੇ ਕੋਲ ਏ ਡੀ ਲੰਬ ਕਿਹੜਾ ਆਪਣੇ ਕੋਲ ਆ ਗਿਆ ਦੋਵਾਂ ਦਾ ਆਪਾਂ ਆਧਾਰ ਲਿਖਤਾ ਨਾਲ ਗੁਣਾ ਲੰਬ ਲਿਖਤਾ। ਹੁਣ ਆਪਣੇ ਕੋਲ ਸਾਈਡ ਚ ਕਿਹੜੀਆਂ ਕਿਹੜੀਆਂ ਦਿੱਤਾ ਏ ਵੀ ਕਿੰਨਾ ਦਿੱਤਾ ਹੋਇਆ 16 ਜਿੱਥੇ ਏ ਵੀ ਹੋਊਗਾ ਉੱਧਰ ਆਪਾਂ ਲਿਖਾਂਗੇ ਏ ਬੀ 16 ਇਹ ਸਾਈਡ ਦਿੱਤੀ ਗਈ ਆਪਣੇ ਕੋਲ 16। ਹੁਣ ਆਪਣੇ ਕੋਲ ਕੀ ਹੋਊਗਾ ਕਿ ਆਪਾਂ ਇੱਧਰ ਲਿਖਦੇ ਹਾਂ ਏ ਬੀ ਸਮਾਂਤਰ ਕਿਹਦੇ ਆ ਡੀ ਸੀ ਦੇ ਠੀਕ ਹੈ ਨਾ ਸਮਾਂਤਰ ਦੇ ਤਰਭੁਜ ਜਦੋਂ ਸਨਮੁਖੀਆਂ ਮੰਗੀ ਹੁੰਦੀ ਆ ਸਮਾਂਤਰ ਤੇ ਬਰਾਬਰ ਮਤਲਬ ਏ ਬੀ ਸਮਾਂਤਰ ਹੈ ਡੀ ਸੀ ਦੇ ਇਸ ਲਈ ਏ ਬੀ ਬਰਾਬਰ ਕੀ ਹੋਊਗੀ ਆਪਣੇ ਕੋਲ ਡੀ ਸੀ ਬਰਾਬਰ ਹੋ ਗਈ ਦੂਸਰੀ ਦਾ ਸੇਮ ਏ ਸੀ ਆ ਡੀ ਸੀ ਏ ਡੀ ਆ ਏ ਦਿੱਤੀ ਹੁੰਦੀ ਆ ਪਰ ਇਹ ਕਿੰਨੀ ਹੋ ਗਈ ਇਹ 16 ਸੀਗੀ ਆਪਣੇ ਕੋਲ ਇਹ ਕਿੰਨੀ ਹੋ ਗਈ 16। ਹੁਣ ਆਪਾਂ ਵੈਲਿਊ ਪੁੱਟ ਕਰੀਏ 1 ਵਟਾ 2 ਗੁਣਾ ਡੀ ਸੀ ਕਿੰਨੀ ਆ 16 ਗੁਣਾ ਏ ਹੀ ਕਿੰਨੀ ਆ 8 ਇੱਥੇ ਆ ਗਈ 8 ਬਰਾਬਰ ਨਾਲ ਇਹਨਾਂ ਵੀ ਸੈਂਟੀਮੀਟਰ ਇਹਨਾਂ ਵੀ ਸੈਂਟੀਮੀਟਰ ਦੋ ਚੀਜ਼ਾਂ ਹੋ ਗਈਆਂ ਸੈਂਟੀਮੀਟਰ ਇਹਦੇ ਨਾਲ ਸੈਂਟੀਮੀਟਰ ਇਹਦੇ ਨਾਲ ਆਪਣੇ ਕੋਲ ਬਣ ਗਿਆ ਸੈਂਟੀਮੀਟਰ ਦੀ ਘਾਤ 2 ਠੀਕ ਆ 2 ਸੈਂਟੀਮੀਟਰ ਹੋ ਗਏ 1 ਵਟਾ 2 ਸੇਮ ਇਸ ਤਰ੍ਹਾਂ ਇਧਰ ਏ ਡੀ ਕਿੰਨੀ ਆ ਆਪਣੇ ਕੋਲ ਫਾਈਂਡ ਕਰਨਾ ਪਤਾ ਕਰਨਾ ਨਾ ਏ ਡੀ ਨੂੰ ਆਪਾਂ ਏ ਡੀ ਲਿਖਾਂਗੇ ਗੁਣਾ ਸੀ ਐਫ ਸੀ ਐਫ ਕਿੰਨੀ ਆਪਣੇ ਕੋਲ 10 ਇੱਧਰ 1 ਸੈਂਟੀਮੀਟਰ ਇੱਕ ਹੀ ਲਾਈਨ ਆਈ ਹੈ ਇੱਕ ਹੀ ਭੁਜਾ ਆਈ ਹੈ ਸੈਂਟੀਮੀਟਰ ਵਾਲੀ ਪਰ ਇੱਧਰ ਕਿੰਨੇ ਆ 2 1 ਸੈਂਟੀਮੀਟਰ ਕੱਟ ਗਿਆ ਇੱਧਰ ਸੈਂਟੀਮੀਟਰ ਨਹੀਂ ਬਚਿਆ ਇੱਧਰ ਸੈਂਟੀਮੀਟਰ 1 ਬਚ ਗਿਆ ਆਪਣੇ ਕੋਲ ਕਲੀਅਰ। ਹੁਣ ਵਿੱਚ ਬਰਾਬਰ ਦਾ ਸਾਈਨ ਆ ਦੋਵਾਂ ਪਾਸੇ ਜਿਹੜੀ ਚੀਜ਼ ਇੱਕੋ ਜਿਹੀ ਹੁੰਦੀ ਆਪਣੇ ਉਹ ਕੱਟੀ ਜਾਂਦੀ ਹੁੰਦੀ ਆ ਇੱਧਰ ਵੀ 1 ਵਟਾ 2 ਤੇ ਇੱਧਰ ਵੀ 1 ਵਟਾ 2 1/2 ਕੱਟਿਆ ਗਿਆ ਕੈਨਸਲ ਹੋ ਗਿਆ ਆਪਣੇ ਕੋਲ ਰਹਿ ਗਿਆ 16 ਗੁਣਾ 8 ਨਾਲ ਰਹਿ ਗਿਆ ਸੈਂਟੀਮੀਟਰ ਇੱਧਰ ਬਚ ਗਿਆ ਆਪਣੇ ਕੋਲ 10 ਏ ਡੀ 10 ਨਾਲ ਕਰਕੇ ਏ ਡੀ ਆ ਗਿਆ। ਹੁਣ ਆਪਾਂ ਪਤਾ ਕੀ ਕਰਨਾ ਆ ਏ ਡੀ ਏ ਡੀ ਫਾਈਂਡ ਕਰਨੀ ਆ ਏ ਡੀ ਦੇ ਨਾਲ ਕੀ ਪਿਆ 10 10 ਕਿ ਇੱਧਰ ਹੋ ਜਾਊਗਾ 10 ਕੀ ਹੋ ਜਾਊਗਾ 12 ਹੋ ਜਾਊਗਾ ਆਪਣੇ ਕੋਲ 16 ਗੁਣਾ 8 ਸੈਂਟੀਮੀਟਰ ਵਟਾ ਕੀ ਆ ਗਿਆ 10 10 ਬਰਾਬਰ ਕੀ ਆ ਗਿਆ ਏ ਡੀ ਹੁਣ ਏ ਡੀ ਫਾਈਂਡ ਕਰਦੇ ਆਪਾਂ ਕਿੰਨਾ ਆਉਂਦਾ 2 5 10 2 8 16 5 ਦੇ ਬਾਅਦ 4 ਨਹੀਂ ਆਉਂਦਾ ਇਹ ਕੱਟੇ ਨਹੀਂ ਜਾਣਗੇ ਆਪਣੇ ਕੋਲ ਆ ਗਿਆ ਏ ਡੀ 8 ਨੂੰ 8 ਨਾਲ ਗੁਣਾ ਕੀਤੀ 64 64 ਸੈਂਟੀਮੀਟਰ ਵਟਾ ਕਿੰਨਾ ਆ ਗਿਆ 5 ਇਹਨੂੰ ਹੀ ਕਰਾਂਗੇ ਆਪਾਂ ਭਾਗ ਭਾਗ ਕੀਤੀ ਆਪਣੇ ਕੋਲ 5 5 14 ਬਣੇ 5 2 10 4 5 8 40
पंजुठा चाली आ गया अपने को 12.8 सेंटीमीटर। एडी कितनी आ गई अपने को 12.8 सेंटीमीटर। ठीक है, सिंपल होया ये सामने विच कि अपने को दो त्रिभुज दिते सीगे, दोवें त्रिभुजां दे अपने को लंब सीगे, आपां एक बटा दो गुणा आधार गुणा लंब फॉर्मूला लगा के आपां नूं की करता सॉल्व कर लिया। क्वेश्चन सेकंड दे विच कि अपने को एक चतुर्भुज अपने को समांतर चतुर्भुज ए बी सी डी दिती हुई आ, नाल दे माध्यम तों देते आ ई माध्यम तों ए बी दा एफ जी एच इदें अगे तों दो जिहड़े माध्यम तों अपियां मंदे। ठीक है, पता करो, पता कर लो कि आपां नूं क्या गया कि जिहड़ा क्षेत्रफल बणदा ना चतुर्भुज जिहड़ी ई एफ जी एच, ई एफ जी एच मतलब इन्हां नूं मिलावांगे तां इक चतुर्भुज बणूगी अपने को। ठीक है, ई नूं आपां किन्ना मिलाता एफ, एफ नूं किन्ना मिलाता जी नाल, जी नूं किन्ना मिलाता एच नाल, एच नूं किन्ना मिलाता ई नाल। हुण ई एफ जी एच जिहड़ी आपां नूं इक चतुर्भुज दिस रही है ना, उहने क्या कहिंदे ना दस्सो किहड़ा इहदा क्षेत्रफल आ, उह किहदा आउंदा आ सारी दा आउंदा आ। ਹੁਣ ਆਪਾਂ ਇੱਕ ਚੀਜ਼ ਪੜ੍ਹ ਕੇ ਹਟੇ ਹਾਂ, ਆਪਾਂ ਦੋ ਚੀਜ਼ਾਂ ਪੜ੍ਹੀਆਂ। ਪਹਿਲੀ ਆਪਾਂ ਪੜ੍ਹੀ ਸੀ ਕਿ ਜਦੋਂ ਇੱਕੋ ਹੀ ਰੇਖਾਵਾਂ ਦੇ ਵਿੱਚ ਦੋ ਚਤੁਰਭੁਜਾਂ ਬਣੀਆਂ ਹੋਣ ਸਮਾਂਤਰ ਰੇਖਾਵਾਂ ਦੇ ਇੱਕੋ ਹੀ ਆਧਾਰ ਤੇ ਤਾਂ ਉਹਨਾਂ ਦੇ ਖੇਤਰਫਲ ਕੀ ਹੁੰਦੇ ਆ ਬਰਾਬਰ ਚਤੁਰਭੁਜਾਂ ਦੇ। ਪਰ ਇਹਦੇ ਵਿੱਚ ਦੇਖੋ ਆਧਾਰ ਕਿਸੇ ਦਾ ਵੀ ਇੱਕ ਨਹੀਂ ਆਉਂਦਾ, ਦੋਵਾਂ ਦਾ ਈ ਐਫ ਜੀ ਐਚ ਦਾ ਜਿਹੜਾ ਆਧਾਰ ਹੈ ਕਿਸੇ ਵੀ ਲਾਈਨ ਤੇ ਨਹੀਂ ਹੈਗਾ, ਉਹਦੇ ਅਲੱਗ ਅਲੱਗ ਲਾਈਨਾਂ ਨੇ, ਚਾਰੇ ਪਿਆਵਾਂ ਅਲੱਗ ਨੇ, ਇਹਦੀਆਂ ਚਾਰੇ ਪਿਆਵਾਂ ਅਲੱਗ ਨੇ, ਨਹੀਂ ਨਾ ਇੱਕੋ ਹੀ ਆਧਾਰ ਆਉਂਦਾ, ਬਲਕਿ ਇੱਥੇ ਉਹ ਵਾਲੀ ਨਹੀਂ ਲੱਗੂਗੀ। ਦੂਸਰੀ ਆਪਾਂ ਪੜ੍ਹੀ ਸੀ ਕਿ ਜੇ ਤ੍ਰੈਭੁਜ ਤੇ ਚਤੁਰਭੁਜ ਦਾ ਆਧਾਰ ਇੱਕੋ ਹੀ ਹੋਵੇ ਤਾਂ ਤ੍ਰੈਭੁਜ ਦਾ ਖੇਤਰਫਲ ਚਤੁਰਭੁਜ ਦਾ ਕੀ ਹੁੰਦਾ ਆ ਅੱਧਾ ਹੁੰਦਾ ਆ। ਆਪਾਂ ਉਹ ਵਾਲੀ ਚੀਜ਼ ਇੱਥੇ ਆਪਾਂ ਅਪਲਾਈ ਕਰਾਂਗੇ। ਆਪਾਂ ਇਹ ਕਰਦੇ ਹਾਂ ਐਚ ਨੂੰ ਐਫ ਨਾਲ ਬਣਾਓ, ਐਚ ਨੂੰ ਕਿੰਨਾ ਬਣਾਇਆ ਆਪਾਂ ਧਿਆਨ ਨਾਲ ਵੇਖੋ, ਐਚ ਨੂੰ ਕਿੰਨਾ ਬਣਾਤਾ ਆਪਾਂ ਐਚ ਨੂੰ, ਜਦੋਂ ਐਚ ਨੂੰ ਐਫ ਨਾਲ ਮਿਲਾਤਾ ਜਿਸ ਤਰ੍ਹਾਂ ਡੀ ਸੀ ਸੀ ਉਦੇ ਐਚ ਐਫ ਬਣ ਗਈ, ਉਸ ਤਰ੍ਹਾਂ ਕੀ ਆ ਏ ਬੀ, ਏ ਬੀ ਕੀ ਆਪਣੇ ਕੋਲ ਸਮਾਂਤਰ ਕਿਹਦੇ ਆ ਡੀ ਸੀ ਦੇ, ਇਸੇ ਤਰ੍ਹਾਂ ਐਚ ਐਫ ਸਮਾਂਤਰ ਕਿਹਦੇ ਹੋ ਗਈ ਏ ਬੀ ਤੇ ਡੀ ਸੀ ਦੇ, ਐਚ ਐਫ ਵੀ ਸਮਾਂਤਰ ਹੋ ਗਈ ਨਾ, ਹੁਣ ਏ ਤਾਂ ਏ ਤਿੰਨੋਂ ਕੀ ਹੋ ਗਈਆਂ ਸਮਾਂਤਰ ਹੋ ਗਈਆਂ। ਜਿਹੜੀ ਏ ਵਾਲੀ ਭੁਜਾਇਆ ਆਪਣੇ ਕੋਲ ਪਹਿਲੇ ਸਮਾਂਤਰ ਆ, ਕਿਉਂਕਿ ਏ ਬੀ ਸੀ ਡੀ ਆਪਣੇ ਕੋਲ ਸਮਾਂਤਰ ਚਤੁਰ ਭੁਜ ਕਿਹਾ ਹੈ, ਇਹ ਕੀ ਇੱਕ ਸਮਾਂਤਰ ਚਤੁਰ ਭੁਜ ਸਮਾਂਤਰ ਹੈਗੀ ਆ, ਇਹ ਸਮਾਂਤਰ ਉਦੋਂ ਹੋਊਗੀ ਜਦੋਂ ਇਹਦੀਆਂ ਸਾਨੂੰ ਪਿਆ ਮੰਗੀਆਂ ਸਮਾਂਤਰ ਤੇ ਨਾਲੇ ਬਰਾਬਰ ਹੁੰਦੀਆਂ ਨੇ। ਹੁਣ ਐਚ ਐਫ ਕਿਹਦੇ ਸਮਾਂਤਰ ਆ, ਡੀ ਸੀ ਦੇ ਤੇ ਏ ਬੀ ਦੇ ਸਮਾਂਤਰ ਹੋ ਗਏ, ਇਸ ਲਈ ਏ ਬੀ ਐਫ ਐਚ, ਏ ਬੀ ਐਫ ਐਚ ਕੀ ਬਣ ਗਈ ਆਪਣੇ ਕੋਲ ਇੱਕ ਸਮਾਂਤਰ ਚਤੁਰਭੁਜ ਬਣ ਗਈ। ਠੀਕ ਆ, ਏ ਬੀ ਐਫ ਐਚ ਇੱਕ ਸਮਾਂਤਰ ਚਤੁਰਭੁਜ ਹੈ ਜਿਹੜੀ ਆਪਣੇ ਕੋਲ ਇਸ ਤਰ੍ਹਾਂ ਬਣੀ ਆ, ਇਸ ਤਰ੍ਹਾਂ ਛੋਟਾ ਜਿਹਾ ਆਪਾਂ ਨਾਲ ਬਣਾ ਲੈਂਦੇ ਹਾਂ ਏ ਬੀ ਐਚ ਤੇ ਐਫ, ਇਹ ਬਣੀ ਆਪਣੇ ਕੋਲ। ਉਸ ਤੋਂ ਬਾਅਦ ਧਿਆਨ ਨਾਲ ਦੇਖੋ ਕਿ ਐਚ ਐਫ ਦੇ ਵਿੱਚ ਕੀ ਬਣ ਰਿਹਾ ਆਪਣੇ ਕੋਲ, ਇਸ ਤਰ੍ਹਾਂ ਤ੍ਰਿਭੁਜ ਬਣ ਰਹੀ ਆ, ਬਣ ਰਹੀ ਆ, ਇੱਥੇ ਜਿਹੜਾ ਪੁਆਇੰਟ ਆਪਣੇ ਕੋਲ ਕੀ ਆਉਂਦਾ ਈ ਆ ਗਿਆ। ਹੁਣ ਕੀ ਆ ਗਿਆ, ਇੱਕ ਸਮਾਂਤਰ ਚਤੁਰਭੁਜ ਦੇ ਵਿੱਚ ਇੱਕ ਕੀ ਆ ਗਈ ਆ, ਤ੍ਰਿਭੁਜ ਆ ਗਈ। ਹੁਣ ਜੇਕਰ ਆਪਾਂ ਇਸ ਚੀਜ਼ ਨੂੰ ਹਟਾ ਦਈਏ ਤਾਂ ਤ੍ਰਿਭੁਜ ਰਹੀ, ਸਮਾਂਤਰ ਚਤੁਰਭੁਜ ਰਹੀ, ਉਹ ਵੀ ਨਹੀਂ ਰਹੀ, ਬਲਕਿ ਇਹ ਕੀ ਆ ਇਹਦੇ ਚ ਆ ਗਿਆ ਇੱਕ, ਇਹ ਕੀ ਹੋ ਗਿਆ ਇਹਦਾ ਆਧਾਰ, ਇਸ ਵਿੱਚ ਐਫ ਐਚ ਆਧਾਰ ਹੈ। ਠੀਕ ਹੈ, ਕਿਹੜਾ ਆਧਾਰ ਆ, ਉਹ ਤ੍ਰਿਭੁਜ ਦਾ ਵੀ ਆਧਾਰ ਹੈ ਤੇ ਸਮਾਂਤਰ ਚਤੁਰਭੁਜ ਦਾ ਵੀ, ਦੋਵਾਂ ਦਾ ਆਧਾਰ ਹੈ, ਇਸ ਲਈ ਇਹ ਜਿਹੜੀ ਤ੍ਰਿਭੁਜ ਬਣਦੀ ਹੈ ਐਫ ਈ ਐਚ ਇਹਦਾ ਖੇਤਰਫਲ ਕੀ ਹੋਊਗਾ, ਇਸ ਲਈ ਖੇਤਰਫਲ ਤ੍ਰਿਭੁਜ ਐਫ ਈ ਐਚ ਬਰਾਬਰ ਹੋਊਗਾ ਇੱਕ ਵਟਾ ਦੋ ਚਤੁਰਭੁਜ ਏ ਬੀ ਐਚ ਐਚ, ਉਹਦਾ ਅੱਧਾ ਆ ਗਿਆ, ਇਹਨੂੰ ਮੰਨ ਲੈਣਾ ਆਪਾਂ ਇੱਕ ਨੰਬਰ, ਮੰਨ ਲਿਆ ਇੱਕ ਨੰਬਰ। ਜਿਸ ਤਰ੍ਹਾਂ ਨੀਚੇ ਬਣੀ ਹੈ ਇਸ ਤਰ੍ਹਾਂ ਹੀ ਉੱਪਰ ਦੇਖੋ ਕਿਹੜੀ ਬਣਦੀ ਸਮਾਂਤਰ ਚਤੁਰਭੁਜ, ਅੱਛਾ ਵੇਖੋ ਆਪਣੇ ਕੋਲ ਖੇਤਰਫਲ ਇਹਦਾ ਹੋ ਗਿਆ, ਦੂਸਰੀ ਵਾਰ ਆਪਾਂ ਉੱਪਰ ਵੇਖਦੇ ਹਾਂ ਆਪਣੇ ਕੋਲ ਇਸ ਤਰ੍ਹਾਂ ਸਮਾਂਤਰ ਚਤੁਰਭੁਜ ਇੱਕ ਹੋਰ ਬਣ ਰਹੀ ਆ, ਇਸੇ ਤਰ੍ਹਾਂ ਐਚ ਐਚ ਐਫ ਸੀ ਡੀ ਇੱਕ ਸਮਾਂਤਰ ਚਤੁਰਭੁਜ ਹੈ, ਇਸ ਵਿੱਚ
ਹੁਣ ਇਹਦੇ ਵਿੱਚ ਕਿਹੜੀ ਤ੍ਰੈਭੁਜ ਬਣ ਰਹੀ ਹੈ ਆਪਣੇ ਕੋਲ ਐਚ ਜੀ ਐਫ ਐਫ ਜੀ ਐਚ ਵੀ ਕਹਿ ਸਕਦੇ ਹਾਂ ਐਚ ਐਫ ਜੀ ਵੀ ਕਹਿ ਸਕਦੇ ਹਾਂ ਜਿੱਦਾਂ ਮਰਜ਼ੀ ਕਰ ਲਓ ਤਿੰਨੇ ਪੁਆਇੰਟ ਇਕੱਠੇ ਲਿਖਣੇ ਆ ਠੀਕ ਹੈ ਇਸ ਵਿੱਚ ਤ੍ਰੈਭੁਜ ਐਚ ਜੀ ਐਫ ਬਰਾਬਰ ਹੈ ਇੱਕ ਵਟਾ ਦੋ ਕਿਹਦੇ ਇੱਕ ਮਿੰਟ ਖੇਤਰਫਲ ਤ੍ਰੈਭੁਜ ਐਚ ਜੀ ਐਫ ਬਰਾਬਰ ਹੈ ਇੱਕ ਵਟਾ ਦੋ ਖੇਤਰਫਲ ਚਤੁਰਭੁਜ ਕਿਹੜੀ ਐਚ ਐਫ ਸੀ ਡੀ ਹੋ ਗਿਆ ਇਹਨੂੰ ਕੀ ਮੰਨਾਂਗੇ ਆਪਾਂ ਦੋ ਦੋ ਨੰਬਰ ਮੰਨ ਲਈ ਹੁਣ ਨੈਕਸਟ ਸਟੈਪ ਚ ਕੀ ਕਰਦੇ ਆਪਾਂ ਇੱਕ ਜਮਾ ਦੋ ਇੱਕ ਤੇ ਦੋ ਨੂੰ ਦੋਵੇਂ ਇਕੁਏਸ਼ਨਾਂ ਨੂੰ ਜੋੜਤਾ ਦੋਵੇਂ ਇਕੁਏਸ਼ਨ ਨੂੰ ਜੋੜਨ ਦੇ ਨਾਲ ਕੀ ਹੁੰਦਾ ਦੇਖੋ ਇਹਦੇ ਖੱਬੇ ਪਾਸੇ ਖੱਬਾ ਪਾਸਾ ਜੋੜਨਾ ਰਾਈਟ ਸਾਈਡ ਜੋੜਨੀ ਦੋਵੇਂ ਅਲੱਗ ਆਹ ਕੀ ਹੋ ਗਿਆ ਤ੍ਰੈ ਖੇਤਰਫਲ ਤ੍ਰੈਭੁਜ ਕਿਹੜੀ ਸੀ ਆਪਣੇ ਕੋਲ ਐਫ ਈ ਜੀ ਐਫ ਈ ਐਚ ਪਲੱਸ ਖੇਤਰਫਲ ਤ੍ਰੈਭੁਜ ਕਿਹੜੀ ਦੂਸਰੇ ਨੰਬਰ ਵਾਲੀ ਐਚ ਜੀ ਐਫ ਐਚ ਜੀ ਐਫ ਬਰਾਬਰ ਕੀ ਆਉਂਦਾ ਆਪਣੇ ਕੋਲ ਆਹ ਵੀ ਇੱਕ ਵਟਾ ਦੋ ਖੇਤਰਫਲ ਚਤੁਰਭੁਜ ਏ ਬੀ ਐਚ ਐਫ ਏ ਬੀ ਐਫ ਐਚ ਪਲੱਸ ਇੱਕ ਵਟਾ ਦੋ ਖੇਤਰਫਲ ਚਤੁਰਭੁਜ ਉੱਪਰ ਕਿਹੜੀ ਬਣ ਚੁੱਕੀ ਹੈ ਆਪਣੇ ਕੋਲ ਐਚ ਐਫ ਸੀ ਡੀ ਐਚ ਐਫ ਸੀ ਡੀ ਧਿਆਨ ਰੱਖੋ ਆਪਣੇ ਕੋਲ ਕੀ ਹੋਇਆ ਆਹ ਦੋਵੇਂ ਤ੍ਰੈਭੁਜ ਦੇ ਖੇਤਰਫਲ ਨੂੰ ਜੋੜਿਆ ਧਿਆਨ ਨਾਲ ਵੇਖੋ ਇੱਕ ਆਹ ਤ੍ਰੈਭੁਜ ਸੀਗੀ ਇਹ ਸੀ ਨਾ ਇੱਕ ਦੂਸਰੀ ਕਿਹੜੀ ਸੀ ਆਪਣੇ ਕੋਲ ਇਹ ਵਾਲੀ ਦੋਵਾਂ ਨੂੰ ਜੋੜਦਾ ਜਿੰਨਾ ਵੀ ਮੈਂ ਭਾਗ ਛੇੜ ਕੀਤਾ ਆ ਜਿੰਨੇ ਭਾਗ ਮੈਂ ਛੇੜੀ ਕੀਤੀ ਆ ਉਹ ਪੂਰਾ ਭਾਗ ਕੀ ਬਣ ਗਿਆ ਪੂਰਾ ਭਾਗ ਕੀ ਬਣ ਗਿਆ ਸਾਰੇ ਭਾਗ ਆ ਗਿਆ ਆਪਣਾ ਕੀ ਆ ਗਿਆ ਆਪਣੇ ਕੋਲ ਐਚ ਈ ਐਫ ਜੀ ਈ ਐਫ ਜੀ ਐਚ ਆ ਗਿਆ ਆਪਣੇ ਕੋਲ ਉਹ ਬਰਾਬਰ ਆ ਗਿਆ ਖੇਤਰਫਲ ਚਤੁਰਭੁਜ ਈ ਐਫ ਜੀ ਐਚ ਇਹ ਬਣ ਗਈ ਨਾ ਬਰਾਬਰ ਹੁਣ ਜਿਹੜਾ ਇਹ ਬਣਿਆ ਆਪਣੇ ਕੋਲ ਇਹਨੂੰ ਕਰਕੇ ਇੱਕ ਵਟਾ ਦੋ ਇੱਧਰ ਵੀ ਹੈਗਾ ਤੇ ਇੱਧਰ ਵੀ ਹੈਗਾ ਇੱਕ ਵਟਾ ਦੋ ਸਾਂਝਾ ਆ ਗਿਆ ਰਹਿ ਗਿਆ ਆਪਣੇ ਕੋਲ ਖੇਤਰਫਲ ਚਤੁਰਭੁਜ ਏ ਬੀ ਐਫ ਐਚ ਪਲੱਸ ਖੇਤਰਫਲ ਚਤੁਰਭੁਜ ਐਚ ਐਫ ਸੀ ਡੀ ਧਿਆਨ ਦੇਖੋ ਏ ਬੀ ਐਫ ਐਚ ਹੈ ਨਾ ਇਹਨੂੰ ਬਣਾ ਲਓ ਪਹਿਲਾਂ ਆਹ ਬਣੀ ਤੁਹਾਡੇ ਕੋਲ ਏ ਬੀ ਐਫ ਤੇ ਐਚ ਇਹ ਬਣੀ ਦੂਸਰੀ ਕਿਹੜੀ ਹੈ ਐਚ ਐਫ ਸੀ ਸੀ ਡੀ ਆਹੀ ਬਣੀ ਦੂਸਰੀ ਇਹ ਪਹਿਲੀ ਆ ਆ ਦੂਸਰੀ ਇਹ ਆ ਇਹਨੂੰ ਹਟਾ ਦੋ ਵਿੱਚੋਂ ਲਾਈਨ ਨੂੰ ਦੋਵਾਂ ਚਾਂਦੀ ਦਾ ਸਾਂਝੀ ਆ ਹਟਾ ਤਾਂ ਕੀ ਬਣ ਗਿਆ ਏ ਬੀ ਸੀ ਡੀ ਬਣ ਗਈ ਆਪਣੇ ਕੋਲ ਕੀ ਆ ਗਿਆ ਖੇਤਰਫਲ ਚਤੁਰਭੁਜ ਈ ਐਫ ਜੀ ਐਚ ਬਰਾਬਰ ਆ ਗਿਆ ਇੱਕ ਵਟਾ ਦੋ ਖੇਤਰਫਲ ਚਤੁਰਭੁਜ ਕਿਹੜੀ ਏ ਬੀ ਸੀ ਡੀ ਜਿਹੜਾ ਸਿੱਧ ਕਰਨਾ ਵੇਖੋ ਕੀ ਸੀਗਾ ਪਤਾ ਨਹੀਂ ਕਰਨਾ ਸੀ ਈ ਐਫ ਜੀ ਐਚ ਦਾ ਖੇਤਰਫਲ ਈ ਐਫ ਜੀ ਐਚ ਦਾ ਖੇਤਰਫਲ ਇੱਕ ਵਟਾ ਦੋ ਕਿਹਦਾ ਏ ਬੀ ਸੀ ਡੀ ਹੋ ਗਿਆ ਸਿੱਧ ਕੀਤਾ